ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਮੇਰੇ ਵੀਰ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੇ ਦੋਸਤੋ ਬੜੇ ਦਿਨ ਹੋ ਗਏ ਹਨਾ ਤਿੰਨ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਤਕਰੀਬਨ ਆਇਆ ਨਹੀਂ ਗਿਆ ਨਵੀਂ ਅਪਡੇਟ ਲੈ ਕੇ ਕਿਉਂਕਿ ਆਪ ਬਹੁਤ ਸ਼ਡਿਊਲ ਤੁਹਾਨੂੰ ਪਤਾ ਵੀ ਇੱਥੇ ਵਿਜੀ ਚੱਲਦਾ ਹੁੰਦਾ ਇਸ ਕਰਕੇ ਨਹੀਂ ਅਪਡੇਟ ਪਾਈ ਨਹੀਂ ਹਨਾ ਤੇ ਜਿੰਨੀ ਵੀ ਪਾਈ ਜਾਂਦੀ ਆਪਾਂ ਕਿਤੇ ਸ਼ਾਰਟ ਪਾਉਂਦੇ ਆਂ ਕੋਸੋ ਰੀਲ ਪਾਉਂਦੇ ਆਂ ਸੋ ਹਾ ਜਨਾ ਫੇਰ ਤੁਹਾਡੇ ਵਾਸਤੇ ਲੈ ਕੇ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਡੇ ਵਾਸਤੇ ਨਵੀਂ ਜਾਣਕਾਰੀ ਪੇਪਰਾਂ ਦਾ ਉਲੇ ਉਸ ਤੋਂ ਦੀ ਜਾਣਕਾਰੀ ਤੇ ਸਾਰਾ ਕੁਸ਼ਨ ਆ ਤੇ ਚੱਲਦੇ ਆਂ ਵੀਡੀਓ ਤੇ ਵੀਡੀਓ ਜਿੰਦ ਤੱਕ ਪਹਿਲਾਂ ਜਿਨ੍ਹਾਂ ਨੇ ਹਜੇ ਤੱਕ ਚੈਨਲ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲਿਓ ਤੇ ਜਿਨ੍ਹਾਂ ਨੇ ਕੱਲ ਆਪਣਾ ਮੇਲਾ ਨਹੀਂ ਵੇਖਿਆ ਇਟਲੀ ਦੇ ਵਿੱਚ ਮੇਲਾ ਜਿਹੜਾ ਇਥੇ ਲੱਗਦੇ ਮੇਲੇ ਉਹ ਮੈਂ ਸ਼ੇਅਰ ਕੀਤਾ ਸੀਗਾ ਫੇਸਬੁੱਕ ਤੇ ਤੇ ਟਿਕਟੌਕ ਤੇ ਉਹ ਜਰੂਰ ਵੇਖ ਲਿਓ ਹਨਾ ਕਿਉਂਕਿ ਪਤਾ ਹੋਣਾ ਚਾਹੀਦਾ ਰੌਣਕ ਮੇਲਾ ਵੀ ਵੇਖਣਾ ਚਾਹੀਦਾ ਸਾਰੇ ਪਹੁੰਚ ਜਾ ਪਰ ਟੈਨਸ਼ਨਾਂ ਲਈ ਲੈ ਕੇ ਬੈਠੇ ਰਵਾਂਗੇ ਪੇਪਰ ਆਉਂਦਿਆਂ ਪੇਪਰਾਂ ਦੀਆਂ ਟੈਨਸ਼ਨਾਂ ਹੈ ਹੁੰਦੀਆਂ ਵੀ ਸਾਰਿਆਂ ਨੂੰ ਨਾ ਤੇ ਪਰ ਨਾਲ ਹੱਸਣਾ ਵੀ ਖੇਡਣਾ ਵੀ ਜ਼ਰੂਰੀ ਹੈ ਦੋਸਤੋ ਤੇ ਗੱਲ ਕਰਦੇ ਆਂ ਪੇਪਰਾਂ ਦੀ ਨੂਲੇ ਉਸ ਤੇ ਨੂਲੇ ਉਸੇ ਜਿਹੜੇ 9 ਮਹੀਨੇ ਵਾਲੇ ਪੇਪਰਾਂ ਨੂੰ ਲਿਓ ਉਸ ਤੇ ਆ ਉਮ ਮੈਂ ਪਹਿਲੇ ਸ਼ਾਟ ਦੇ ਵਿੱਚ ਦੱਸਤੀ ਸੀ ਉਸ ਤੋਂ ਬਾਅਦ ਰਗੂਸਾ ਤੋਂ ਰਗੂਸਾ ਤੋਂ 9 ਵਜੇ ਕੇ 4 ਮਿੰਟ ਤੱਕ ਪੇਪਰ ਤਕਰੀਬਨ ਨਿਕਲਿਆ ਨੂੰ 9 ਮਿੰਨਿਆਂ ਲਈ ਰਗੂਸਾ ਤੋਂ ਠੀਕ ਹੈ ਉਸ ਤੋਂ ਬਾਅਦ ਇਹ ਕੰਸੈਂਸਾ ਕੰਸੈਂਸਾ ਤੋਂ ਵੀਰਤਾ ਦੱਸਿਆ ਗਿਆ ਤਿੰਨ ਤਿੰਨ ਮਿੰਟ ਤੱਕ ਤਿੰਨ ਵਜੇ ਤਿੰਨ ਮਿੰਟ 11 ਸੈਕਿੰਡ ਅ ਕੰਸੈਂਸਾ ਬਾਰੀ ਤੋਂ 3 ਮਿੰਟ 16 ਸੈਕਿੰਡ ਤੱਕ ਬਾਰੀ ਤੋਂ ਆ ਗਿਆ ਅਛਾ ਇਥੇ ਮੈਂ ਇਹ ਦੱਸਣਾ ਚਾਹਣਾ ਬਾਰੀ ਤੋਂ ਇੱਕ ਵਾਰੇ ਵੀਰ ਨੇ ਆਪਾਂ ਨੂੰ ਬਹੁਤ ਅਧੀਵੁੱਤੇ ਭੇਜੇ ਸੀਗੇ ਹਨਾ ਤੇ ਉਹ ਟਾਈਮਿੰਗ ਵੀ ਸਹੀ ਹੈ ਤੇ ਇੱਕ ਮਿੰਟ ਦੇ ਵਿੱਚ ਵਿੱਚ ਬਾਰੀ ਤੋਂ ਤਿੰਨ ਮਿੰਟ ਵਾਲਾ ਨੂੰ ਲਾਉ ਉਸਤਾ ਆ ਗਿਆ 9 ਮਿੰਟਾਂ ਦਾ ਤੇ ਹੁਣ ਵੀਰ ਕਹਦਾ ਇਹ ਬੰਦਾ ਵੀ ਸਹੀ ਹੈ ਟਾਈਮਿੰਗ ਵੀ ਸਹੀ ਹੈ ਤੇ ਉਥੇ ਫਰਕ ਹੈ ਕੀ ਪੈਂਦਾ ਹੁਣ ਦੋਸਤੋ ਵੀ ਤੁਸੀਂ ਸਾਰੇ ਆਪ ਸਿਆਣੇ ਆ ਹਰ ਕਿ ਜਾਂਦਾ ਕਿਸਮਤ ਦਾ ਪੈ ਗਿਆ ਤੇ ਜਾਂ ਫਿਰ ਮਾਲਕ ਦਾ ਪੈ ਗਿਆ ਜਾਂ ਤਾਂ ਪੇਪਰ ਡਿਫਾਲਟਰ ਭਰੇ ਗਏ ਆ ਹਨਾ ਤੇ ਜਾਂ ਫਿਰ ਮਾਲਕ ਡਿਫਾਲਟਰ ਇੱਕ ਹੀ ਕੰਮ ਹੋ ਸਕਦਾ ਕਿਉਂਕਿ ਜੇ 1 ਮਿੰਟ ਤੱਕ ਪੇਪਰ 1 ਮਿੰਟ 13 ਸੈਕਿੰਡ 14 15 ਸੈਕਿੰਡ ਤੱਕ ਆ ਉਹ ਨਿਕਲੇ ਨਹੀਂਗੇ 2 ਮਿੰਟ ਵਾਲੇ ਨਿਕਲੇ ਬਾਰੀ ਤੋਂ ਤੇ ਹੁਣ ਆਪਾਂ ਕੀ ਕਹਿ ਸਕਦੇ ਆ ਵੀ ਉਹ ਕਿਉਂ ਨਹੀਂ ਨਿਕਲੇ ਕੀ ਫਾਲਟ ਹੋ ਸਕਦਾ ਤੇ ਇਦਾਂ ਹੀ ਹੁੰਦਾ ਦੋਸਤੋ ਪਤਾ ਕੀ ਹੈ ਇਹ ਇਟਲੀ ਦੇ ਪੇਪਰ ਆ ਇਦੇ ਤੇ ਨਾ ਤਾਂ ਤੁਸੀਂ ਟਾਈਮਿੰਗ ਤੇ ਜਾਇਆ ਕਰੋ ਤੇ ਨਾ ਹੀ ਜਾਇਆ ਕਰੋ ਮਾਲਕ ਤੇ ਮੰਨ ਲਓ ਜੇ ਮਾਲਕ ਸਹੀ ਹੈ ਟਾਈਮਿੰਗ ਗਲਤ ਆ ਫਿਰ ਵੀ ਨਿਕਲਨੇ ਜੇ ਟਾਈਮਿੰਗ ਸਹੀ ਹੈ ਮਾਲਕ ਗਲਤ ਆ ਫਿਰ ਵੀ ਨਹੀਂ ਨਿਕਲਨੇ ਇੱਥੇ ਬਹੁਤ ਕੁਝ ਡਿਪੈਂਡ ਕਰਦਾ ਆਪਾਂ ਇਹ ਨਹੀਂ ਸੋਚ ਕੇ ਚੱਲ ਗਏ ਵੀ ਮੇਰਾ ਟਾਈਮਿੰਗ ਬਈ ਮੇਰਾ ਟਾਈਮਿੰਗ ਆ ਸਹੀ ਆ ਟਾਈਮਿੰਗ ਆ ਤੇ ਇਹ ਨਿਕਲ ਗਿਆ ਉਹ ਨਹੀਂ ਨਿਕਲੇ ਤੇ ਨੰਬਰ 2 ਤੇ ਇਹ ਤਾਂ ਚਲੋ ਮਾਲਕ ਦੀ ਤੇ ਟਾਈਮਿੰਗ ਦੀ ਗੱਲ ਹੋ ਗਈ ਨੰਬਰ 2 ਤੇ ਜਿਹੜੀ ਮੈਂ ਗੱਲ ਕਰਦਾ ਹਾਂ ਵੀ ਜਿਹੜੇ ਫਰੌਡ ਪੇਪਰ ਭਰੇ ਜਾਂਦੇ ਆ ਇੱਕ ਮਾਲਕ ਦਾ ਪ੍ਰੂਫ ਲੈ ਕੇ ਆਈਡੀ ਪ੍ਰੂਫ ਲੈ ਕੇ ਉਹਦੇ ਨਾਂ ਤੇ ਪੇਪਰ ਭਰ ਦਿੰਦੇ ਆ ਕਈ ਤੇ ਉਹ ਤਾਂ ਨਿਕਲ ਨਹੀਂ ਕਦੇ ਆ ਨਿਕਲ ਵੀ ਜਾਂਦੇ ਆ ਪਰ ਨਿਕਲ ਜਾਣਗੇ ਤੁਹਾਡੇ ਤੱਕ ਤੁਹਾਨੂੰ ਖਬਰ ਵੀ ਆ ਜਾਊਗੀ ਵੀ ਤੁਹਾਡੇ ਪੇਪਰ ਨਿਕਲਿਆ ਹੈ ਤੇ ਹੁਣ ਉਹ ਫਸ ਗਿਆ ਬੰਦੇ ਉਹ ਸੋ ਦੋਸਤੋ ਵੀ ਇਹ ਮੈਂ ਅੱਗੇ ਮੈਂ ਇੱਕ ਪਾਉਂਗਾ ਰੀਲ ਮੈਸੇਜ ਚੱਕਰਾਂ ਦੇ ਵਿੱਚ ਦੁਰਿਆ ਫਿਰਦਾ ਸੀ ਕਿ ਮੇਰੇ ਕੋਈ ਸਾਰਾ ਮੈਂ ਸਾਰਾ ਰੀਲ ਵੀ ਪਾਉਂਗਾ ਫੇਸਬੁੱਕ ਤੇ ਤੇ YouTube ਤੇ ਵੀ ਪਾਉਂਗਾ ਬਈ ਜਦੋਂ ਪੇਪਰ ਨਿਕਲਦੇ ਆ ਆਪਣੇ ਪੇਪਰ ਮੰਨ ਲਓ ਤੁਹਾਡੇ ਇੱਥੋਂ ਇੱਡੀ ਤੋਂ ਨਿਕਕਿਆ ਨੂਲਾ ਉਸ ਤਾਂ ਨਿਕਲ ਗਿਆ ਟਾਈਮ ਵੀ ਵੀ ਸਹੀ ਆ ਸਾਰਾ ਕੁਝ ਸਹੀ ਹੈ ਨੂਲਾ ਉਸ ਤਾਂ ਨਿਕਲ ਗਿਆ ਉਹੋ ਆਪਾਂ ਕਿਵੇਂ ਦੇਖਣਾ ਵੀ ਆਪਣਾ ਸਹੀ ਆ ओरिजिनल ਆ ਕਿ ਫੇਕ ਆ ਫੇਕ ਤਾਂ ਨਹੀਂ ਕਿਤੇ ਤੁਸੀਂ ਨੂਲਾ ਉਸ ਤਾਂ ਨਾ ਮੰਗੋ ਜੇਕਰ ਤੁਨੋਂ ਤੁਹਾਡਾ ਏਜੰਟ ਤੁਹਾਡਾ ਰਿਸ਼ਤੇਦਾਰ ਤੁਹਾਡਾ ਯਾਰ ਦੋਸਤ ਕਹਿੰਦਾ ਵੀ ਤੇਰੇ ਪੇਪਰ ਨਿਕਲੇ ਤੇ ਵੀ ਕਰ ਪੇਮੈਂਟ ਕਰ ਤੇ ਪੇਪਰ ਚੱਕ ਉਹਨੂੰ ਕਹਿ ਬਈ ਪੇਪਰ ਸਾਨੂੰ ਬਾਅਦ ਚ ਦੱਸੀ ਨੂੰ ਲਾ ਉਸ ਦਾ ਬਾਅਦ ਦੇ ਪਹਿਲਾਂ ਜਿਹੜੇ ਸਾਡੇ ਮਾਲਕ ਨੇ ਪੇਪਰ ਭਰੇ ਆ ਰਸੀਦ ਤੇ ਜਿਹੜੇ ਮਾਲਕ ਦਾ ਉਹਦਾ ਮਾਲਕ ਦੀ ਆਈਡੀ ਪ੍ਰੂਫ ਭੇਜ ਸਾਨੂੰ ਠੀਕ ਆ ਆਈਡੀ ਪ੍ਰੂਫ ਜਿਹੜੀ ਅਟੈਸਟਡ ਹੁੰਦੀ ਆ ਕਮੂਨੇ ਤੋਂ ਇੱਥੇ ਪੰਚਾਇਤ ਘਰ ਤੋਂ ਅਟੈਸਟਡ ਹੁੰਦੀ ਆ ਉਹ ਪੇਜ ਇਹ ਬਾਅਦ ਚ ਪੇਪਰ ਤੁਹਾਨੂੰ ਕੋਲੋਂ ਬਾਅਦ ਚ ਭੇਜਦੀ ਉਹ ਪੇਜ ਸੋ ਦੋਸਤੋ ਇੰਨਾ ਗੱਲਾਂ ਦਾ ਹੁਣ ਖਾਸ ਧਿਆਨ ਰੱਖਣਾ ਸਰਕਾਰ ਨੇ ਤਾਂ ਆਪ ਜਿੰਨੂੰ ਟੈਲਟ ਸਕੰਜਾ ਕਰਤਾ ਬਈ ਹੁਈ ਮਾਲਕਾ ਬਲਾ ਸਕਦਾ ਜਿਹਨੂੰ ਪਤਾ ਹੋਵੇ ਮੈਂ ਐਦਾਂ ਬੁਲਾ ਰਿਹਾ ਤੇ ਹੁਣ ਹੁਣ ਬੰਦੇ ਨੂੰ ਨਹੀਂ ਪਤਾ ਜਿਹੜੇ ਅੱਖਾਂ ਤੇ ਪੱਟੀ ਬੰਨ ਕੇ ਕਹਿੰਦੇ ਆ ਵੀ ਸਾਡੇ ਪੇਪਰ ਭਰਾ ਦਿਓ ਅਸੀਰ ਲਈ ਜਾਣਾ ਕੱਲਾ ਇਟਲੀ ਜਾਣਾ ਉਹ ਮੇਰੇ ਵੀਰ ਹੁਣ ਬਚ ਕੇ ਰਿਓ ਤੇ ਜੇ ਅੱਖਾਂ ਤੇ ਹਜੇ ਵੀ ਪੱਟੀ ਬੰਨੀ ਆ ਤੇ ਫਿਰ ਫਿਰ ਆਪਾਂ ਕੋਹ ਨਹੀਂ ਕਰ ਸਕਦੇ ਠੀਕ ਆ ਤੁਹਾਨੂੰ ਮੈਂ ਇਹ ਗੱਲ ਦੱਸਣਾ ਵੀ ਜੇਕਰ ਤੁਹਾਡੇ ਪੇਪਰ ਨਿਕਲੇ ਆ ਤੁਹਾਨੂੰ ਕੋਈ ਕਹਿੰਦਾ ਵੀ ਪੇਪਰ ਤੇ ਨਿਕਲੇ ਆ ਉਹਨੂੰ ਕਹੇ ਭਈ ਮੈਨੂੰ ਪੇਪਰ ਬਾਅਦ ਚ ਭੇਜ ਨਹੀਂ ਪਹਿਲਾਂ ਮਾਲਕ ਦੇ ਪੇਪਰ ਭੇਜ ਦੇ ਮੇਰਾ ਬਾਈ ਰਿਕੁਐਸਟ ਹੀ ਆ ਉਹਨੂੰ ਕਹੇ ਵੀ ਪਹਿਲਾਂ ਮਾਲਕ ਦੇ ਪੇਪਰ ਭੇਜ ਦੇ ਉਸ ਤੋਂ ਬਾਅਦ ਪੇਪਰ ਭੇਜ ਦੇ ਬਹੁਤ ਬਹੁਤ ਕੁਸ਼ ਹੋਈ ਜਾਂਦਾ ਦੋਸਤੋ ਇੱਥੇ ਇੱਥੇ ਮੈਂ ਤੁਹਾਨੂੰ ਦੱਸਦਾ ਇੱਕ ਮੇਰੇ ਵੀਰ ਦਾ ਕਮੈਂਟ ਆਇਆ ਸੀ ਭਈ ਐ ਇਹ ਕਿਹਦਾ ਵੀ ਮਾਲਕ ਕਹਿੰਦਾ ਵੀ ਤੇਰੇ ਪੇਪਰ ਨਿਕਲੇ ਹਨਾ ਏਜੰਟ ਕਹਿੰਦਾ ਤੇਰੇ ਪੇਪਰ ਨਿਕਲੇ ਆਇਆ ਤੂੰ 4 ਲੱਖ ਜਮਾ ਕਰਾ ਫੇਰ ਪੇਪਰ ਚੱਕਣੇ ਆ ਉਸ ਤੋਂ ਬਾਅਦ ਜਦੋਂ ਪੇਪਰ ਚੱਕ ਲੇ ਫਿਰ 4 ਲੱਖ ਦੇਹਗਾ ਫੇਰ ਪੇਪਰ ਤੇਰੇ ਕੋਲ ਪਹੁੰਚਣਗੇ ਇਹ ਕੋਈ ਇਹ ਕੋਈ ਟੋਕਣੀ ਬੰਦੀਗੀ ਚਲੋ ਜਦੋਂ ਪੇਪਰ ਚੱਕ ਲੇ ਉਦੋਂ ਪਹੁੰਚਣੇ ਵਕਤ ਗੱਲ ਆ ਮਤਲਬ 4 ਲੱਖ ਜਮਾ ਕਰਾ ਫੇਰ ਪੇਪਰ ਚੱਕਣਿਆ ਕਿਉਂ ਸਰਕਾਰੀ ਇੱਥੇ ਸਰਕਾਰੀ ਸਰਕਾਰੀ ਦਰਬਾਰੇ ਕੋਈ ਪੇਪਰ ਦਾ ਖਰਚਾ ਨਹੀਂ ਲੈਂਦਾ ਹਾਂ ਪੇਪਰ ਨਿਕਲੇ ਆਏ ਆ ਉਹ ਗੱਲ ਆਖਾ ਇੱਥੇ ਬਹੁਤ ਚੱਲਦਾ ਮਤਲਬ ਮਾਲਕ ਵੀ ਕਹਿ ਸਕਦਾ ਵੀ ਹਾਂ ਪਹਿਲਾਂ ਪੇਮੈਂਟ ਕਰੋ ਠੀਕ ਹੈ ਪੇਮੈਂਟ ਕਰੋ ਪੇਮੈਂਟ ਕਰਾਉਣ ਤੋਂ ਪਹਿਲਾਂ ਮਾਲਕ ਤੋਂ ਉਹਦਾ ਆਈਡੀ ਪ੍ਰੂਫ ਲੈ ਲਓ ਨੂਲੇ ਉਸ ਦੀਆਂ ਫੋਟੋਆਂ ਲੈ ਲਓ ਸਾਰਾ ਕੁਝ ਦੇ ਸਕਦਾ ਤੇ ਫਿਰ ਪੇਮੈਂਟ ਤੁਸੀਂ ਕਰ ਸਕਦੇ ਆ ਇਹ ਨਹੀਂ ਵੀ ਕਿਸੇ ਕਹਤਾ ਵੀ ਪੈਸੇ ਕਰ ਦਿਓ ਤੁਸੀਂ ਪੈਸੇ ਕਰਤੇ ਤੇ ਫੇਰ ਫਾਜੋਗੇ ਫੇਰ ਫੇਰ ਪਤਾ ਕੀ ਆ ਮੇਰੇ ਵੀਰ ਆਪਾਂ ਨੂੰ ਕਹਿੰਦੇ ਆ ਮੈਸੇਜ ਕਰਕੇ ਸੀ ਵੀ ਆ ਭਾਜੀ ਵੀ ਅਸੀਂ ਇੰਨੇ ਦੇ ਬੈਠੇ ਆ ਸਾਡੇ ਨਾਲ ਆ ਹੋ ਗਿਆ ਇਹ ਤਾਂ ਹੋਣਾ ਹੀ ਸੀਗਾ ਪਹਿਲਾਂ ਤੁਸੀਂ ਸਾਰੀ ਮੇਰੇ ਵੀਰ ਸਾਰੀ ਇਨਕੁਆਰੀ ਸਾਰੀ ਜਾਣਕਾਰੀ ਆਪਦੀ ਸਾਰੇ YouTube ਚੈਨਲ ਜਿਹੜੇ ਇਟਲੀ ਤੋਂ ਚੱਲਦੇ ਆ ਨਾ ਉਹ ਦੱਸਦੇ ਆ ਜਾਣਕਾਰੀ ਦੱਸਦੇ ਰਹਿੰਦੇ ਆ ਇਕੱਲਾ ਮੈਂ ਹੀ ਨਹੀਂ ਤੇ ਉਹਨਾਂ ਨੂੰ ਸੁਣ ਲਿਆ ਕਰੋ ਅੱਛਾ 9 ਮਹੀਨੇ ਵਾਲੇ ਪੇਪਰਾਂ ਤੇ ਅਤੇ ਸਾਰੇ ਪੇਪਰਾਂ ਦਾ ਕੀ ਪ੍ਰੋਸੈਸ ਆ ਨੌ ਮਹੀਨੇਲੇ ਪੇਪਰਾਂ ਦਾ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਤੇ ਇਹ ਸਾਰਾ ਕੰਮ ਮੈਂ ਦੱਸ ਚੁੱਕਾ ਤਕਰੀਬਨ ਵੀ ਜਿਹੜੇ ਨੌ ਮਹੀਨੇਲੇ ਪੇਪਰ ਹੁੰਦੇ ਆ ਸੀਜ਼ਨਲ ਪੇਪਰ ਹੁੰਦੇ ਆ ਜਿਵੇਂ ਆਪਾਂ ਬਿਹਾਰ ਤੋਂ ਭਈ ਜਣੀ ਆਪਣੇ ਇੰਡੀਆ ਪੰਜਾਬ ਦੇ ਵਿੱਚ ਆਉਂਦੇ ਝੋਨਾ ਲਾਉਂਦੇ ਆ ਝੋਨਾ ਤਿੰਨ ਮਹੀਨੇ ਰਹਿੰਦੇ ਆ ਦੋ ਢਾਈ ਮਹੀਨੇ ਰਹਿੰਦੇ ਆ ਤੇ ਵਾਪਸ ਜਾਂਦੇ ਆ ਉਹ ਹੁੰਦਾ ਉਹ ਸਿਸਟਮ ਆ ਕਿ ਸਰਕਾਰ ਸੀਜ਼ਨ ਲਾਉਣ ਵਾਸਤੇ ਸਾਦੀ ਬੰਦੇ ਨੂੰ ਤੇ ਜੇਕਰ ਬੰਦੇ ਨੂੰ ਪੱਕਾ ਮਾਰਕ ਨੂੰ ਪੱਕਾ ਬੰਦਾ ਚਾਹੀਦਾ ਉਹਦੇ ਪੇਪਰ ਚੇਂਜ ਕਰਵਾ ਸਕਦਾ ਜਿਹਨੂੰ ਕਨਵਰਸ ਸੀ ਆਉਣੇ ਵਾਲੇ ਕਹਿੰਦੇ ਆ ਪੇਪਰ ਉਹ ਚੇਂਜ ਕਰਵਾ ਸਕਦਾ ਵੀ ਮੈਂ ਇਹ ਭਈਆ ਇੱਥੇ ਪੱਕਾ ਰੱਖਣਾ ਤੇ ਮੈਨੂੰ ਇਹ ਪੱਕਾ ਚਾਹੀਦਾ 12 ਮਹੀਨੇ ਤੀਜਾ ਸਹੀ ਹੈ ਇਹਨੂੰ ਕਹਿੰਦੇ ਆ 9 ਮਹੀਨੇ ਵਾਲੇ ਪੇਪਰ ਮਤਲਬ ਸੀਜ਼ਨ ਵਾਲੇ ਪੇਪਰਾਂ ਤੇ ਜਿਹੜੇ ਬੰਦੇ ਆਉਂਦੇ ਆ ਇਹਨਾਂ ਦੀ ਹਾਲਾਤ ਇਹ ਹੋ ਜਾਂਦੀ ਹੈ ਵੀ ਜਿਹੜੇ ਆਉਂਦੇ ਆ 9 ਦੇ ਪੇਪਰਾਂ ਤੇ ਸਾਰੇ ਤਕਰੀਬਨ 90% ਬੰਦੇ ਕੱਚੇ ਹੋ ਜਾਂਦੇ ਆ ਇੱਥੇ ਆ ਕੇ ਅੱਛਾ ਸਾਲ ਦੇ ਪੇਪਰਾਂ ਦਾ ਕੀ ਪ੍ਰੋਸੈਸ ਆ ਬਹੁਤ ਮੇਰੇ ਵੀਰਾਂ ਦੇ ਕਮੈਂਟਾਂ ਦੇ ਭਾਈ ਜੀ ਤੁਹਾਨੂੰ ਨਾ ਮਿਲਿਆ ਦੱਸਿਏ ਨੇ ਸਾਲਾਂ ਦੇ ਪੇਪਰਾਂ ਦਾ ਕੋਈ ਨਹੀਂ ਦੱਸਦੇ ਵੀ ਉਹਨਾਂ ਦਾ ਕੀ ਪ੍ਰੋਸੈਸ ਆ ਸੋ ਦੋਸਤੋ ਜਿਹੜੇ ਸਾਲ ਦੇ ਪੇਪਰਾਂ ਤੇ ਵੀਰ ਆਉਂਦੇ ਹਨ ਉਹ ਇਹ ਨਾ ਸੋਚ ਲਿਆ ਕਰੋ ਵੀ ਸਾਡੇ ਪੇਪਰ ਸਾਲ ਵਾਲਿਆ ਤੇ ਅਸੀਂ ਜਾਂਦੇ ਹੀ ਉਥੇ ਪੱਕੇ ਆ ਨਹੀਂ ਇਹ ਗੱਲ ਦਿਮਾਗ ਚੋਂ ਕੱਢ ਦਿਓ ਵੀ ਜੇ ਤੁਹਾਡੇ ਪੇਪਰ ਸਾਲ ਵਾਲੇ ਆ ਤੁਹਾਡਾ ਨੂੰ ਲਾਉ ਦਾ ਸਾਲਾ ਤੇ ਤੁਸੀਂ ਇਟਲੀ ਦੇ ਵਿੱਚ ਐਂਟਰ ਕਰਦੇ ਹੀ ਪੱਕੇ ਆ ਨਹੀਂ 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 ਮੇਰੇ ਵੀਰੋ ਜਿੰਨਾ ਚਿਰ ਤੁਹਾਡਾ ਮਾਲਕ ਜਿਹਨੇ ਤੁਹਾਨੂੰ ਸੱਦਿਆ ਤੁਹਾਡੀ ਕਟ ਜਮਾ ਨਹੀਂ ਕਰਾਉਂਦਾ ਨਾਲ ਆਵ ਜਾ ਕੇ ਠੀਕ ਹੈ ਪਰ ਫਾਤੂਰੇ ਦੇ ਵਿੱਚ ਪਰ ਫਾਤੂਰਾ ਕਹਿੰਦੇ ਆ ਠਾਣੇ ਨੂੰ ਸਰਕਾਰੀ ਦਰਬਾਰੇ ਸਰਕਾਰੀ ਦਰਬਾਰੇ ਜਿੰਨਾ ਚਿਰ ਤੁਹਾਡੇ ਨਾਲ ਨਹੀਂ ਜਾਂਦਾ ਵੀ ਆ ਮੈਂ ਬੰਦਾ ਸੱਦਿਆ ਸੀਗਾ ਮੈਨੂੰ ਪੱਕਾ ਇਹ ਬੰਦਾ ਚਾਹੀਦਾ ਤੇ ਇਹਦਾ ਮੈਂ ਉੱਥੇ ਜਾ ਕੇ ਸੈਨ ਹੁੰਦੇ ਆ ਉਹਦੇ ਸਪੈਸ਼ਲ ਦੋਹਾਂ ਬੰਦਿਆਂ ਦੇ ਮਾਲਕ ਦੇ ਵੀ ਤੇ ਤੁਹਾਡੇ ਵੀ ਠੀਕ ਹੈ ਜਿੰਨਾ ਚਿਰ ਉਹ ਸੈਨ ਨਹੀਂ ਕਰਦਾ ਕੱਟ ਦੇ ਉੱਤੇ ਜਿਹਨੂੰ ਕੱਟ ਕਹਿੰਦੇ ਆ ਪਰਫਾਦੂਰੇ ਦੇ ਵਿੱਚ ਉਹਨਾਂ ਚਿਹਰਾ ਤੁਸੀਂ ਕੱਚੀ ਸਮਝੋ ਆਦਿਆ ਹੁਣ ਸਮਝ ਗਏ ਨਾ ਮੇਰੀ ਗੰਭੀਰਤਾ ਸਮਝ ਗਏ ਹੋਵੋਗੇ ਜੇਕਰ ਤੁਹਾਨੂੰ ਮਾਲਕ ਲੈ ਜਾਂਦਾ ਪਰਫਾਤੂਰੇ ਤੁਸੀਂ ਸਾਰੇ ਪੇਪਰਾਂ ਤੇ ਆਏ ਆ ਪਰਫਾਤੂਰੇ ਗਏ ਕਾਰਫਦੂਲੇ ਜਾ ਕੇ ਮਾਲ ਕੜੇ ਸੈਂਡ ਕੀਤੇ ਕੁੰਤਰਾ ਤੋਂ ਦੇ ਸੈਂਡ ਕੀਤੇ ਤੁਹਾਡੀ ਕਿਟ ਜਮ੍ਹਾਂ ਹੋ ਗਈ ਹੈ ਕਰੀ ਕਿਟ ਉਥੋਂ ਲਈ ਗਾਖਰੇ ਜਮ੍ਹਾਂ ਕਰਾਤੀ ਫਿੰਗਰ ਹੋ ਗਏ ਬਸ ਉਸ ਤੋਂ ਬਾਅਦ ਮਾਲ ਦਾ ਕੰਮ ਖਤਮ ਆ ਫਿਰ ਉਸ ਤੋਂ ਬਾਅਦ ਤੁਹਾਡੀ ਹਿੰਮਤ ਸਾਲੇ ਪੇਪਰਾਂ ਦੇ ਲਿਆਉਂਦੇ ਜੇਕਰ ਤੁਸੀਂ ਕੰਮ ਕਰਦੇ ਆ ਕਿਸੇ ਪਾਸੇ ਰਿਸ਼ੀਪੂਤਾ ਜਿਹੜਾ ਮਿਲਦਾ ਉਹਦੇ ਤੇ ਵੀ ਤੁਹਾਡਾ ਹੋਰ ਪਾਸੇ ਕੁੰਤਰਾ ਕੰਟਰੈਕਟ ਹੋ ਸਕਦਾ ਕੁੰਤਰਾ ਤੋਂ ਹੋ ਸਕਦਾ ਉੱਥੇ ਕੰਮ ਕਰੋ ਕੁੰਤਰਾ ਤੋਂ ਲਓ ਕੰਮ ਕਰੋ ਜੇਕਰ ਕੰਮ ਕਰੋਗੇ ਤਾਂ ਤੁਸੀਂ ਪੱਕੇ ਆ ਜੇ ਨਹੀਂ ਕੰਮ ਕਰੋਗੇ ਤਾਂ ਤੁਸੀਂ ਕੱਕ ਦੇ ਵੀ ਠੀਕ ਸੋ ਮੇਰੇ ਵੀਰ ਜਿਹੜੇ ਸਾਲਾਂ ਹੀ ਪੇਪਰ ਭਰਉਂਦੇ ਇਹ ਦਿਮਾਗ ਚੋਂ ਕੱਢ ਦਿਓ ਵੀ ਇਹ ਹੀ ਸਾਲਾਂ ਦੇ ਪੇਪਰਾਂ ਤੇ ਜਾ ਰਹੇ ਆ ਤੇ ਅਸੀਂ ਜਾਂਦੇ ਹੀ ਪੱਕੇ ਆ ਇਦਾਂ ਨਹੀਂ ਪੱਕੇ ਹੋਣਾ ਪੱਕੇ ਹੋਣ ਲਈ ਕੰਮ ਕਰਨਾ ਪੈਣਾ ਹੈ ਟੀਚ ਦੇ ਵਿੱਚ ਹੁਣ ਕੋਈ ਮੇਰਾ ਵੀਰ ਗੁੱਸਾ ਕਰੇ ਜਾਂ ਗਿੱਲਾ ਕਰੇ ਮੈਂ ਆਪਾਂ ਗੱਲਾਂ ਠੇਢ ਕਰਦੇ ਹੁੰਦੇ ਆ ਵੀ ਜੇਕਰ ਕੰਮ ਕਰੋਗੇ ਤਾਂ ਤੁਸੀਂ ਪੱਕੇ ਰਹੋਗੇ ਜੇਕਰ ਨਹੀਂ ਇੱਥੇ ਕੰਮ ਕਰਨਾ ਸਾਰੇ ਪੇਪਰਾਂ ਦੇ ਆ ਗਏ ਕੰਮ ਨਹੀਂ ਕਰਦੇ ਇੱਕ ਵਾਰੀ ਮਾਲਕ ਨੇ ਚਲੋ ਕਿਟ ਜਮਾ ਕਰਾਤੀ ਕਰਾਤੀ ਉਸ ਤੋਂ ਬਾਅਦ ਪਹਿਲੀ ਸਜ਼ੋਰਤ ਮਿਲ ਜੂਗੀ ਤੁਹਾਨੂੰ ਸਾਲ ਦੀ ਸਾਲ ਦੇ ਪੇਪਰ ਤੁਹਾਨੂੰ ਮਿਲ ਜਾਣਗੇ ਪੱਕਾ ਸ਼ੋਰ ਠੀਕ ਹੈ ਉਸ ਤੋਂ ਬਾਅਦ ਜੇ ਨਹੀਂ ਕੰਮ ਕਰਦੇ ਕਿਸੇ ਮਾਲਕ ਦੇ ਨਹੀਂ ਟਿਕਦੇ ਤੁਸੀਂ ਚਿੱਟਾ ਕੁਰਤਾ ਪਜਾਮਾ ਪਾਉਂਦੇ ਸ਼ਕੀਨ ਆ ਤੇ ਤੁਸੀਂ ਨਾ ਆਓ ਇੰਡੀਆ ਦੇ ਵਿੱਚ ਹੀ ਰਹੋ ਮੇਰੇ ਭਾਈ ਕਿਉਂਕਿ ਫੇਰ ਛਿੱਤਰੋ ਛਿੱਤਰੀ ਆਉਦੇ ਏਜੰਟ ਨਾਲ ਆਪਦੇ ਮਾਦਕ ਨਾਲ ਉਹਦੇ ਰਿਸ਼ਤੇਦਾਰ ਨਾਲ ਹੋਈ ਜਾਉਂਗੇ ਉਹਦਾ ਕੋਈ ਫਾਇਦਾ ਨਹੀਂ ਇਹ ਆ ਪ੍ਰੋਸੈਸ ਨਾਰਮਲ ਵੀ ਪ੍ਰਾਣ ਵਾਲੇ ਵੀਰਾਂ ਦਾ ਵੀ ਇਹੀ ਪ੍ਰੋਸੈਸ ਨਾਰਮਲ ਵਾਲੇ ਵੀ ਪੇਪਰਾਂ ਵਾਲੇ ਮੇਰੇ ਵੀਰਾਂ ਨੂੰ ਥੋੜੇ ਜੇ ਚੱਕਰ ਕੱਟਨੇ ਪੈਂਦੇ ਜਿਹੜਾ ਕੰਮ ਕਰਨ ਵਾਲਾ ਬੰਦਾ ਮੈਂ ਤੁਹਾਨੂੰ ਦੋਸਤੋ ਇਹ ਦੱਸਦਾ ਵੀ ਜਿਹੜਾ ਕੰਮ ਕਰਨ ਵਾਲਾ ਬੰਦਾ ਜਿਹਨੇ ਤਾਂ ਕੰਮ ਕਰਨਾ ਜਿਹਨੇ ਤਾਂ ਆਪਦੀ ਪਿੱਛੇ ਫੈਮਿਲੀ ਪਾਲਣੀ ਹੈ ਬੱਚੇ ਪਾਲਨੇ ਆ ਬੱਚੇ ਦੀ ਲਾਈਫ ਵੇਖਣੀ ਆ ਉਹ ਅਨੋ ਅਮੀ ਲੈ ਵੀ ਪ੍ਰੋ ਤੇ ਆਏ ਸਾਲੇ ਪੇਪਰਾਂ ਤੇ ਭਾਂ ਜੇ ਡੋਂਕੀ ਜੇ ਤੇ ਭਾਂ ਜੇ ਐਂਟਰੀ ਦੀ ਗੱਲ ਕਰਕੇ ਉਹ ਆਪਦੀ ਲਾਈਫ ਸੈਟ ਕਰ ਲੈਂਦਾ ਤੇ ਜਿਹਨੇ ਇੱਕ ਅੱਖ ਵੀ ਨਹੀਂ ਕਰਦਾ ਉਹ ਨੂੰ ਇੱਥੇ ਆਏ ਨੂੰ ਭਾਂ 2 ਸਾਲ ਦੀ 5 ਸਾਲ ਦੇ ਪੇਪਰ ਦਵਾਦੇ ਉਹ 6 ਮਹੀਨੇ ਬਾਅਦ ਹੀ ਇੰਡੀਆ ਵਾਪਸ ਜਾਂਦਾ ਸੋ ਕਿਸੇ ਨੂੰ ਗੁੱਸਾ ਲੱਗੇ ਜਾਂ ਗਰਲਾ ਲੱਗੇ ਆਪਾਂ ਗੱਲ ਤੋਕੇ ਕਰਦੇ ਆ ਅੱਛਾ ਇਹ ਤਾਂ ਅਪਾਇੰਟਮੈਂਟਾਂ ਦੀ ਗੱਲ ਕਰਦੇ ਆ ਅਪਾਇੰਟਮੈਂਟਾਂ ਜਦੋਂ ਵੀ ਖੁੱਲਣਗੀਆਂ ਦੋਸਤੋ ਮੈਂ ਤੁਹਾਨੂੰ ਹੋਂ ਦੱਸਤਾ ਜਦੋਂ ਵੀ ਕੋਲੋਨੀਆਂ ਐ ਜੁਲਾਈ ਜੂਨ ਐਂਡ ਜੁਲਾਈ ਤੇ ਅਗਸਤ ਦੀਆਂ ਮਿਲਣਗੀਆਂ ਤੁਹਾਨੂੰ ਮੰਨ ਲਓ ਕੱਲ ਨੂੰ ਜੇ ਅਪਾਇੰਟਮੈਂਟ ਖੁੱਲ ਖੋਲਦਿਆਂ ਇਹ ਯਾਨੀ ਮਤਲਬ ਕੱਲ ਨੂੰ ਹੋਈ ਤੁਸੀਂ ਜਾ ਕੇ ਪੇਪਰ ਜਮਾ ਕਰਾ ਦਿਓ ਨਹੀਂ ਕੱਲ ਨੂੰ ਅਪਾਇੰਟਮੈਂਟ ਚਾਕੇ ਤੁਹਾਨੂੰ ਜੂਨ ਐਂਡ ਜੂਨ ਦੇ ਐਂਡ ਦੇ ਦਿਨਾਂ ਦੇ ਵਿੱਚ ਜਾਂ ਜੁਲਾਈ ਅਗਸਤ ਦੀ ਮਿਲਣੀ ਹੈ ਉਸ ਤੋਂ ਪਹਿਲਾਂ ਅਪਾਇੰਟਮੈਂਟ ਨਹੀਂ ਮਿਲਣੀ ਕੋਈ ਮੇਰਾ ਵੀਰ ਕਾਲੀ ਨਾ ਕਰੋ ਕਿਉਂਕਿ ਨੂਦੇ ਉਸ ਤੇ ਬਹੁਤ ਨਿਕਲੇ ਆ ਬਹੁਤ ਕਮੈਂਟ ਆ ਰਿਹਾ ਪੁਆਇੰਟ ਪੁਆਇੰਟ ਅਪਾਇੰਟਮੈਂਟ ਨਾ ਕਾਲੀ ਕਰੋ ਯਾਰ ਕਾਲੀ ਦੇ ਵਿੱਚ ਤੁਸੀਂ ਆਪ ਦਾ ਨੁਕਸਾਨ ਆਪ ਹੀ ਕਰਨਾ ਠੀਕ ਹੈ ਸਰਕਾਰ ਨੂੰ ਪਤਾ ਇਧਰ ਇਟਲੀ ਨੂੰ ਪਤਾ ਇਟਲੀ ਸਰਕਾਰ ਨੂੰ ਵੀ ਅਸੀਂ ਇੰਨੇ ਨੂਲੇ ਉਸ ਤੇ ਜਾਰੀ ਕੀਤੇ ਆ ਤੇ ਇੰਨੀਆਂ ਅਪਾਇੰਟਮੈਂਟਾਂ ਖੋਲਣੀਆਂ ਉਹ ਸਾਰਾ ਸਰਕਾਰ ਨੂੰ ਪਤਾ ਉਹ ਆਪੇ ਖੋਲ ਦੇਣਾ ਹੈ स्लॉट ਆਪੇ ਖੋਲ ਦੇਣਾ ਆਪੇ ਆਪਣਾ ਕਰਨਾ ਬਹੁਤ ਵਧੀਆ ਗੱਲ ਹੈ ਹੋਈ ਹੈ ਵੀ ਹੁਣ ਜਿਹਦਾ ਪੇਪਰ ਨਿਕਲੇ ਆ ਉਸੇ ਨੂੰ ਹੀ ਮਿਲਨੀ ਆ ਤੁਸੀਂ ਬੇਫਿਕਰ ਹੋ ਜਾ ਠੀਕ ਆ ਕਾਲੀ ਨਾ ਕਰੋ ਤੁਹਾਡਾ ਨੂੰ ਲਾਸਾ ਨਿਕਲੇ ਆ ਉਹ ਤੁਹਾਨੂੰ ਜਲਦੀ ਹੋਣੀ ਆ ਵੀ ਅਸੀਂ ਛੇਤੀ ਵੀਜ਼ਾ ਲਵਾ ਕੇ ਇਟਲੀ ਪਹੁੰਚ ਗਏ ਨਹੀਂ ਕਾਲੀ ਨਾ ਕਰੋ ਤੁਹਾਡਾ ਪੇਪਰ ਨਿਕਲੇ ਆ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਇਟਲੀ ਜਾਣ ਤੋਂ ਸੋ ਜੇਕਰ ਤੁਸੀਂ ਫਸ ਗਏ ਕਿਸੇ ਕੋਲੇ ਐਵੇਂ ਕਿਸੇ ਨੂੰ 20000 ਦੇਤਾ ਕਿਸੇ ਨੂੰ 20000 ਦੇਤਾ ਇਹ ਚੱਕਰ ਦੇ ਵਿੱਚ ਦੇ 2-4 ਬੰਦਿਆਂ ਨੂੰ ਪੇਪਰ ਦੇਤੇ ਤੁਸੀਂ ਖੁਦ ਹੀ ਫਸ ਜਾਣਾ ਫੇਰ ਨਾ ਮੇਰੇ ਵੀਰ ਕਿਉਂ ਬਈ ਭਾਜੀ ਸਾਨੂੰ ਪਤਾ ਨਹੀਂ ਲੱਗਿਆ ਵੀ ਅਸੀਂ ਕਿਹਨੂੰ ਪੇਪਰ ਫੜਾਤੇ ਪੁਆਇੰਟ ਵੈਂਟ ਚੱਕਣਾ ਵਾਸਤੇ ਕਿਹਨੇ ਚੱਕਤੀ ਤੇ ਹੁਣ ਸਾਡੀ ਬੁੱਕੜੀ ਹੋ ਰਹੀ ਪੁਆਇੰਟ ਵੈਂਟ ਸਹੀ ਹੈ ਸੋ ਇੱਕ ਹੀ ਬੰਦੇ ਨੂੰ ਅਪਾਇੰਟਮੈਂਟ ਵਾਸਤੇ ਤੁਸੀਂ ਪੇਪਰ ਦਿਓ ਆਪਾਂ ਰੈਫਰ ਕਰ ਦੇਉਨਾ ਚਾਨ ਵੀਰ ਨੂੰ ਜਿਹਦੇ ਤੋਂ ਆਪਾਂ ਆਪਦੇ ਖਾਸ ਬੰਦਿਆਂ ਦੇ ਪੇਪਰ ਦੀ ਅਪਾਇੰਟਮੈਂਟ ਚਕਾਉਣੇ ਆ ਤੇ ਨੰਬਰ ਸਕਰੀਨ ਤੇ ਤੁਸੀਂ ਵੇਖ ਰਹੇ ਹੋਗੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ ਅੱਗੇ ਜਿਹੜੀ ਸੈਕੰਡ ਲਿਸਟ ਆਉਣੀ ਆ ਨੌਮినਲ ਦੇ ਪੇਪਰਾਂ ਦੀ ਹਨਾ ਤੇ ਉਹ ਹਜੇ ਤੱਕ ਨਹੀਂ ਆਏਗੀ ਉਹ ਵੇਟ ਕਰਨੀ ਪੈਣੀ ਤੁਹਾਨੂੰ ਤੇ ਜਿਹੜੇ ਸਾਲ ਦੇ ਪੇਪਰ ਆ ਉਹ ਮੈਂ ਪਿੱਛੇ ਵੀ ਦੱਸ ਕੇ ੜਿਆ ਬਈ ਉਹਦੇ ਆਸਤੇ ਵੀ ਤਕਰੀਬਨ 5-4 ਦਿਨ ਵੇਟ ਕਰੋ ਉਸ ਤੋਂ ਬਾਅਦ ਸਾਲ ਦੇ ਪੇਪਰਾਂ ਦੀ ਅਪਡੇਟ ਸ਼ੁਰੂ ਹੋ ਜਾਣੀ ਆ 60 ਦਿਨਾਂ ਬਾਅਦ 60 ਦਿਨ ਤੁਹਾਨੂੰ ਪਤਾ ਵੀ 18 ਤਰੀਕ ਨੂੰ ਹੋਣੇ ਹੈ ਹਨਾ 15-18 ਤਰੀਕ ਨੂੰ 60 ਦਿਨ ਹੋਣੇ ਹੈ ਕਲੈਕ ਡੇਟ ਤੋਂ ਬਸ 60 ਦਿਨ ਬਾਅਦ ਉਹ ਅਪਡੇਟਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਤਾਂ ਦੋਸਤੋ ਆਪੋ ਆਪਣੀ ਤਿਆਰੀ ਰੱਖੋ ਬਸ ਠੀਕ ਆ ਜਿਨ੍ਹਾਂ ਦਾ ਟਾਈਮ ਸਹੀ ਆ ਆਪੋ ਆਪਣੀ ਤਿਆਰੀ ਰੱਖੋ ਤੇ ਬਾਅਦ ਚ ਇਹ ਨਾ ਹੋਵੇ ਬਾਅਦ ਤੁਹਾਨੂੰ ਇੱਥੇ ਮੈਂ ਬਹੁਤ ਵੇਖਿਆ ਹਾਂ ਬਾਅਦ ਤੁਹਾਨੂੰ ਏਜੰਟ ਤੁਹਾਡਾ ਬੰਦਾ ਕਹੀ ਆਵੇ ਵੀ ਤੁਸੀਂ ਪੇਮੈਂਟ ਤਿਆਰ ਕਰੋ ਤੁਸੀਂ ਆਪ ਦੀ ਤਿਆਰੀ ਕਰੋ ਤੁਸੀਂ ਕਹੋ ਵੀ ਅਜੇ ਸਾਡੇ ਪੈਰ ਨਹੀਂ ਲੱਗਦੇ ਅਜੇ ਅਸੀਂ ਉਹ ਵੇਖਣਾ ਉਹ ਕਰਨ ਜੋ ਕਰਦੋਂ ਤੁਸੀਂ ਆਪ ਦੀ ਤਿਆਰੀ ਰੱਖੋ ਜਿਨ੍ਹਾਂ ਦੇ ਪੇਪਰ ਆ ਜਾਣਗੇ ਕੋਟੇ ਦੇ ਵਿੱਚ ਤੇ ਬਾਕੀ ਬਾਕੀ ਇਹੇ ਦੋਸਤੋ ਮੇ ਮੇ ਅਪਡੇਟ ਮੇ ਮੇ ਜਾਣਕਾਰੀ ਤੇ ਮੈਂ ਤੁਹਾਨੂੰ ਕੱਲ ਨੂੰ ਜੇ ਟਾਈਮ ਲੱਗਿਆ ਤਾਂ ਕਿਉਂਕਿ ਮੈਂ ਪਹਿਲੇ ਦੱਸਣਾ ਟਾਈਮ ਬਹੁਤ ਘੱਟ ਲੱਗਦਾ ਮੇਰਾ 6:15 ਬਾਅਦ ਅੱਜ ਟਾਈਮ ਲੱਗਾ ਵੀਡੀਓ ਬਣਾਉਂਦਾ ਤੇ ਤੁਹਾਨੂੰ ਮੈਂ ਸਾਰਾ ਵੀਡੀਓ ਦੇ ਰਾਈ ਦੱਸੂਗਾ ਸ਼ੋਅ ਕਰੂੰਗਾ ਵੀ ਕੀ ਕੁਛ ਚਾਹੀਦਾ ਕੀ ਕੁਛ ਨਹੀਂ ਕੀ ਪ੍ਰੋਸੈਸ ਹੁੰਦਾ ਨਾ ਪੇਪਰ ਜਿਹੜੇ ਆ ਰਹੇ ਆ ਮੇਰੇ ਵੀਰ ਨਵੇਂ ਜਿਹਨਾਂ ਦੇ ਨੂੰ ਲਿਆ ਉਸ ਤੇ ਪੇਪਰ ਨਿਕਲੇ ਆ ਉਹ ਸਾਰਾ ਮੈਂ ਆਪ ਕੋ ਦਾ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ओके ਸਤਿ ਸ਼੍ਰੀ ਅਕਾਲ ਰਵੀ ਸਰਨ